ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਲਗਾਤਾਰ ਪੰਜਾਬ ਬੋਲਦਾ ਦੇ ਜ਼ਰੀਏ ਹਰ ਉਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਕਿੰਨੀ ਕੁ ਰਿਸ਼ਵਤਖੋਰੀ ਚੱਲਦੀ ਹੈ, ਕਿੰਨੇ ਕੁ ਸਰਕਾਰੀ ਮੁਲਾਜ਼ਮ ਕੰਮ ਦੇ ਪ੍ਰਤੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਨੇ ਜਾਂ ਕੰਮ ਦੇ ਪ੍ਰਤੀ ਲਾਪਰਵਾਹੀ ਵਰਤੀ ਜਾਂਦੀ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਦੇ ਲਈ ਕਿੰਨੇ ਕੁ ਧੱਕੇ ਖਾਣੇ ਪੈਂਦੇ ਨੇ ਜਾਂ ਫਿਰ ਆਸਾਨੀ ਦੇ ਨਾਲ ਉਹਨਾਂ ਦੇ ਕੰਮ ਹੋ ਜਾਂਦੇ ਨੇ। ਹਾਲਾਂਕਿ ਜੇਕਰ ਮੈਂ ਪਿਛਲੇ ਸਮੇਂ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰ, ਸਰਕਾਰੀ ਕੰਮਕਾਜ, ਸਰਕਾਰੀ ਮੁਲਾਜ਼ਮ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਨੇ। ਅਤੇ ਹੁਣ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸੁਧਾਰ ਹੋਇਆ ਜਾਂ ਫਿਰ ਹਾਲਾਤ ਉਸੇ ਤਰ੍ਹਾਂ ਦੇ ਬਣੇ ਹੋਏ ਨੇ। ਅੱਜ ਅਸੀਂ ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਪੁੱਜੇ ਹਾਂ ਅਤੇ ਜਾਣਦੇ ਹਾਂ ਕਿ ਇਸ ਕੰਪਲੈਕਸ ਦੇ ਹਾਲਾਤ ਕੀ ਨੇ, ਕਿਸ ਤਰ੍ਹਾਂ ਇੱਥੇ ਲੋਕ ਆਪਣੇ ਕੰਮ ਕਰਵਾਉਂਦੇ ਨੇ, ਕਿੰਨੀ ਕੁ ਉਹਨਾਂ ਨੂੰ ਜਿਹੜੀ ਹੈ ਕਰਪਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿੰਨੀ ਕੁ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਤਮਾਮ ਗੱਲਾਂ ਬਾਤਾਂ ਅਸੀਂ, ਤਮਾਮ ਮੁੱਦੇ, ਤਮਾਮ ਪਰੇਸ਼ਾਨੀਆਂ ਲੋਕਾਂ ਦੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਚੱਲਦੇ ਹਾਂ ਹੁਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ ਜਾਣਦੇ ਹਾਂ ਕਿ ਅੰਦਰ ਦਾ ਨਜ਼ਾਰਾ ਕੀ ਹੈ, ਕੰਮ ਕਿਸ ਤਰ੍ਹਾਂ ਹੋ ਰਹੇ ਨੇ ਲੋਕਾਂ ਦੇ। ਅਤੇ ਉਹ ਚੱਲਦੇ ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਜੀਤ ਰਾਮ ਭੋਆਤ ਕੋਂ। ਅੱਛਾ, ਅੱਜ ਇੱਥੇ ਪੁੱਜੇ ਹੋ ਦਫ਼ਤਰ ਦੇ ਵਿੱਚ, ਕੀ ਕੰਮ ਕਰਵਾਉਣਾ ਹੈਗਾ? ਆਪਣੀ ਜਗ੍ਹਾ ਵਾਸਤਾ ਘੁੰਮ ਰਿਹਾ ਜੀ। ਕੰਮ ਹੋ ਨਹੀਂ ਰਿਹਾ? ਕੋਈ ਨਹੀਂ, ਕੋਈ ਸੁਣਾਈ ਨਹੀਂ ਹੋ ਰਹੀ ਜੀ। ਕੀ ਕਹਿ ਰਹੇ ਨੇ? ਕਹਾ ਕਾਗਜ਼ ਰੱਖ ਜਾ ਰਹੇ ਜੀ। ਕਿਹੜੇ ਕਾਗਜ਼? ਜਿਹੜੇ ਮੇਰੇ ਪਾਸ ਆਏ ਜੀ, ਪਹਿਲਾਂ ਕਈ ਵਾਰੀ ਰੱਖੇ, 10 ਵਾਰੀ ਰੱਖਦੇ, ਕੋਈ ਨਹੀਂ ਸੁਣਾਈ ਹੁੰਦੀ ਕਹੀਂ ਵੀ ਜੀ। ਅੱਛਾ, ਫਿਰ ਕਿਹਦੇ ਨਾਲ ਗੱਲਬਾਤ ਕੀਤੀ, ਕਿਹੜੇ ਸਰਕਾਰੀ ਅਫਸਰ ਦੇ ਨਾਲ ਤੁਸੀਂ ਗੱਲਬਾਤ ਕੀਤੀ? ਮੈਂ ਤਾਂ ਡੀਸੀ ਸਾਹਿਬ ਅੱਗੇ ਦਫ਼ਤਰ ਜੀ। ਕੀ ਕਹਿੰਦੇ ਡੀਸੀ ਸਾਹਿਬ? ਉਹ ਕਹਿੰਦਾ ਕਾਗਜ਼ ਰੱਖ ਜਾਈ। ਕਿਹੜੇ ਕਾਗਜ਼ ਨੇ, ਕਿਸ ਤਰ੍ਹਾਂ ਦਾ ਮਸਲਾ ਹੈ ਅਤੇ ਕਿੰਨੀ ਦੇਰ ਦੇ ਇੱਥੇ ਆ ਰਹੇ? ਮੈਨੂੰ 10 ਸਾਲ ਹੋ ਗਏ ਬੰਦੇ ਨੇ ਜੀ। 10 ਸਾਲ ਦੇ ਵਿੱਚ ਹਾਲੇ ਤੱਕ ਤੁਹਾਡਾ ਸਰਕਾਰੀ ਦਫ਼ਤਰ ਨੇ ਕੋਈ ਕੰਮ ਨਹੀਂ ਕੀਤਾ? ਨਾ ਜੀ, ਨਾ ਕੋਈ ਕੰਮ ਨਹੀਂ ਕਰਿਆ ਜੀ। ਸਾਰਾ ਸਬੂਤ ਆ ਮੇਰੇ ਪਾ ਜੀ, ਜਿਹੜਾ ਜਾਲੀ ਰਿਸ਼ਤੇ ਕਰਾ ਜੀ, ਉਹ ਕਢਾਈ ਫਿਰਿਆ ਜੀ ਮੈਂ। ਪੈਸਿਆਂ ਦੀ ਮੰਗ ਤਾਂ ਨਹੀਂ ਕੀਤੀ ਤੁਹਾਡੋਂ? ਪੈਸੇ ਵੀ ਤੋਂ ਕੋਈ ਮੰਗਿਆ ਜੀ। ਤੁਹਾਨੂੰ ਲੱਗਦਾ ਕਿ ਸਮੇਂ ਸਿਰ ਕੰਮ ਹੋ ਜਾਂਦੇ ਆ ਜਾਂ ਇੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਰਪਸ਼ਨ ਹੈਗੀ ਆ? ਕੋਈ ਨਹੀਂ ਹੁੰਦਾ, ਕੋਈ ਪੁੱਛਦਾ ਨਹੀਂ ਹੈ। ਕਰਪਸ਼ਨ ਹੈ ਦਫ਼ਤਰਾਂ ਦੇ ਵਿੱਚ? ਅਨਪੜ੍ਹ ਆਦਮੀ ਮਾਨ ਕੋਲ ਪੁੱਛਾ ਜੀ ਭਰਾ, ਨਾ ਧੱਕੇ ਖਾਂਦੇ ਫਿਰੇ ਤੂੰ ਪਾਵਾਂ। ਕੰਮ ਕੀ ਹੈ, ਕਿਹੜੇ ਡਾਕੂਮੈਂਟਾਂ ਦੀ ਘਾਟ ਦੱਸੀ ਉਹਨਾਂ ਨੇ, ਕਈ ਕਮੀ ਕੀ ਦੱਸੀ ਹੈ ਤੁਹਾਡੇ ਦਫ਼ਤਰ ਦਸਤਾਵੇਜ਼ਾਂ ਦੇ ਵਿੱਚ? ਬਾਤ ਨਹੀਂ ਕਰਦੇ ਜੀ। ਮੇਰਾ 21-31 ਨੰਬਰ ਕਾਨੂੰਨ 3 ਨੰਬਰ ਬਣਾ ਕੇ ਸੁਬਹਾ ਕਾਨੂੰਨ ਨੇ ਰਜਿਸਟਰੀ ਕਰਾਈ ਵੀ, ਦੂਸਰੇ ਬੰਦੇ ਕਨਾਓ ਚਰਨੇ ਕਨਾਓ ਇਸ ਕਰਕੇ ਆਪਣੀ ਜਗ੍ਹਾ 21 ਨੰਬਰ ਵੇਚਿਆ ਉਹਨਾਂ ਨੇ, ਮੇਰੇ 31 ਨੰਬਰ ਕਾਰਨ 3 ਨੰਬਰ ਬਣਾ ਕੇ ਰਜਿਸਟਰੀ ਕਰਾਈ ਵੀ। ਅੱਛਾ, ਕਨਗੋ ਕਰ ਰਿਹਾ ਇਹ ਹੇਰਾ ਫੇਰੀ? ਕਨਗੋ ਠੀਕ ਹੈ। ਦਸਤਾਵੇਜ਼ਾਂ ਦੇ ਵਿੱਚ ਜਾਂ ਤੁਹਾਡੇ ਕੰਮ ਦੇ ਵਿੱਚ ਉੱਪਰ ਥੱਲੇ ਕਣ ਕਰ ਕੌਣ ਰਿਹਾ? ਕਨਗੋ ਸਭ ਕਰਨ। ਫਿਰ ਕੰਮ ਹੋ ਨਹੀਂ ਰਿਹਾ, ਮਤਲਬ ਕਰਪਸ਼ਨ ਕਰ ਰਿਹਾ ਕਨਗੋ? ਉਹਨੇ ਦੂਸਰੇ ਨਾਂ ਚੜਾ ਦੀ ਕਾਗਜ਼ਾਂ ਜੀ, ਉਹ ਕਾਗਜ਼ਾਂ ਚੜਾ ਦੀ, ਲੱਠੇ ਮੈਂ ਚੜਾ ਦੀ, ਉਹਨੂੰ ਕਿਹਾ ਰਜਿਸਟਰ ਮੈਂ ਚੜਾ ਦੀ, ਮੇਰੇ ਨਾਂ ਤੋਂ ਦੂਸਰੇ ਨਾਂ ਚੜਾ ਦੀ ਜੀ ਚਰਨੇ ਗਏ। ਅੱਛਾ, ਇੱਕ ਵਾਰੀ ਫਿਰ ਦੁਬਾਰਾ ਗੱਲ ਕਰਕੇ ਤੁਸੀਂ ਕੋਸ਼ਿਸ਼ ਕੀਤੀ ਹੈ ਦੁਬਾਰਾ ਪੁੱਛਣ ਤੋਂ ਵੀ? ਕਿਉਂ 10 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ? ਫਿਰ ਹੁਣ ਕਿੱਥੇ ਚੱਲੇ ਹੋ? ਹੁਣ ਘਰਾਂ ਜਾਵਾਂਗੇ ਜੀ, ਹੋਰ ਕਿਆ ਕਰਨਾ, ਉਹਰਾ ਭੁੱਖੇ ਮਰਾਂਗੇ। ਫਿਰ ਆਉਂਗੇ? ਨਵਰਾ ਨਹੀਂ ਮੰਨਦਾ ਜੀ। ਬਸ ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਾਫੀ ਦਿੱਕਤਾਂ, 10 ਸਾਲ ਤੋਂ ਧੱਕੇ ਖਾ ਰਹੇ ਨੇ, ਹਾਲੇ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਉੱਤੇ ਆਪਣਾ ਜਿਹੜਾ ਗੁੱਸਾ ਜ਼ਾਹਰ ਕਰ ਰਹੇ ਨੇ। ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਜਾਣਦੇ ਹਾਂ ਕਿ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾਂਦੇ ਕੁਝ ਹੋਰ ਲੋਕ ਵੀ ਮੌਜੂਦ ਨੇ, ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਧੱਕੇ ਖਾ ਰਹੇ ਨੇ। ਜਾਣਦੇ ਹਾਂ ਕਿ ਇਹਨਾਂ ਦੀ ਕੀ ਦਿੱਕਤ ਹੈ, ਕਿ ਕਿਉਂ ਕੰਮ ਨਹੀਂ ਹੋ ਰਹੇ, ਕਾਰਨ ਕੀ ਹੈ, ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਜਿਹੜੀ ਲਾਪਰਵਾਹੀ ਹੈ ਜਾਂ ਫਿਰ ਇਹਨਾਂ ਦੇ ਵਿੱਚ ਜਿਹੜੀ ਹੈ ਡਾਕੂਮੈਂਟੇਸ਼ਨ ਦੀ ਜਿਹੜੀ ਕਮੀ ਦੱਸੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਮੈਂ ਸ਼ਰਨਜੀਤ ਸਿੰਘ ਹਾਂ ਜੀ। ਅੱਛਾ ਸ਼ਰਨਜੀਤ ਜੀ, ਇੱਥੇ ਕੰਮ ਕਰਵਾਉਣਾ ਆਏ ਹੈਗੇ, ਤੁਸੀਂ ਕਿਹੜਾ ਕੰਮ ਕਰਵਾਉਣਾ? ਸਰ ਮੇਰਾ ਇੱਥੇ ਇੱਕ ਬਿਲਡਰ ਨਾਲ ਕੇਸ ਸੀਗਾ ਜੀ, ਉਹਨਾਂ ਨੇ ਮੈਨੂੰ ਪਲੋਟ ਮੈਂ ਉਹਨਾਂ ਤੋਂ ਲਿਆ ਸੀ, ਨਾ ਉਹਨਾਂ ਨੇ ਮੈਨੂੰ ਪਲੋਟ ਦਿੱਤਾ ਅੱਜ ਤੱਕ, ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਫਿਰ ਮੈਂ ਕੰਜ਼ਿਊਮਰ ਕੋਰਟ ਗਿਆ, ਕੰਜ਼ਿਊਮਰ ਕੋਰਟ 'ਚੋਂ ਮੈਂ ਕੇਸ ਜਿੱਤ ਕੇ ਆਇਆ, ਕੰਜ਼ਿਊਮਰ ਕੋਰਟ ਨੇ 12% ਇੰਟਰਸਟ ਨਾਲ ਮੈਨੂੰ ਪੈਸੇ ਉਹਨਾਂ ਨੂੰ ਰਿਫੰਡ ਕਰਨ ਨੂੰ ਕਿਹਾ, ਫਿਰ ਵੀ ਨਹੀਂ ਉਹਨਾਂ ਨੇ ਕੀਤੇ। ਉਸ ਤੋਂ ਬਾਅਦ ਐਗਜੀਕਿਊਸ਼ਨ ਉਹਦੀ ਪਾਈ, ਐਗਜੀਕਿਊਸ਼ਨ ਫਾਈਲ ਕੀਤੀ ਜਿਹੜੀ ਕੰਡਕਟ, ਅਤੇ ਉਸ ਤੋਂ ਬਾਅਦ DC ਸਾਹਿਬ ਨੂੰ ਕੋਰਟ ਨੇ ਆਰਡਰ ਕੀਤੇ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈ ਅਟੈਚ ਕਰਕੇ ਉਹਦੇ ਵਿੱਚੋਂ ਰਿਕਵਰੀ ਕਰਕੇ ਸ਼ਰਨਜੀਤ ਸਿੰਘ ਨੂੰ ਦਿੱਤੀ ਜਾਵੇ। ਬਟ ਉੱਥੇ ਕੋਰਟ ਵਿੱਚ ਸਾਨੂੰ ਸਾਰਾ ਲੀਗਲ ਮਿਲਿਆ ਸਾਨੂੰ, ਬਟ ਇੱਥੇ ਜਿਹੜਾ ਪ੍ਰਸ਼ਾਸਨ ਆ ਇਹ ਨਹੀਂ ਉਹ ਕੰਮ ਕਰ ਰਿਹਾ, ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ। ਪ੍ਰਸ਼ਾਸਨ ਦੇ ਵਿੱਚ ਕਿਹੜਾ ਅਧਿਕਾਰੀ ਹੈ ਜਿਹੜੀ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ? ਤਹਿਸੀਲਦਾਰ ਮੈਡਮ ਗਏ ਉੱਥੇ, ਉਹਨਾਂ ਨੇ 2 ਵਾਰੀ ਬੋਲੀ ਰੱਖੀ, ਬਟ ਪਹਿਲੀ ਵਾਰੀ ਤਾਂ ਗਏ ਹੀ ਨਹੀਂ, ਸੈਕਿੰਡ ਟਾਈਮ ਉਹ ਗਏ ਅਤੇ ਬਿਨਾਂ ਬੋਲੀ ਕੀਤਿਆਂ ਵਾਪਸ ਆ ਗਏ, ਵਾਪਸ ਆ ਕੇ ਹੁਣ ਕੋਈ ਰਿਪੋਰਟ ਬਣਾ ਕੇ ਫਿਰ ਕੋਰਟ ਨੂੰ ਸਾਨੂੰ ਭੇਜ ਰਹੇ ਆ ਉਹਨਾਂ ਨੂੰ। ਅੱਛਾ, ਕਿਤੇ ਨਾ ਕਿਤੇ ਜਿਹੜੀ ਦੂਜੀ 'ਤੇ ਰਹਿ ਗਈ ਉਹਦਾ ਪ੍ਰੈਸ਼ਰ ਦਿਖ ਰਿਹਾ ਪ੍ਰਸ਼ਾਸਨ ਦੇ ਉੱਤੇ?
नहीं पैसे की मंग नहीं की किसी ने बट सू खजल खुआर जरूर कर रहे हैं। अच्छा काम नहीं हो रहा खजल खुआर हो रहे हो कि चिर तो जो दफ्तर धक्के खा रहे हो? 10 साल तो मैं प्लाट लिया हूँ मैं 2.25 साल तो इतने चक्कर खा रहा। अच्छा 2.25 साल तो इतने चक्कर रोजाना आते हो जो हफ्ते एक दो दिन तकरीबन रोज़ ही आना मैं? अच्छा रोज़ ही आते हैं या फिर काम कार के भी दिक्कत होगी? आते मैं घट्टो घट भी फरवरी महीने का मैं आ रहा फरवरी महीने तो तुहाडा काम नहीं हो रहा? 5-6 महीने हो गए मेरा काम नहीं अटैचमेंट हो गई अटैचमेंट तो बाद सेल नहीं हो रही सेल का कोई घुमा कारण की मानते हो इतने कितना कित जी प्रशासनिक लापरवाही है जो लग रहा भी कि करप्शन का जो मामला भी सामने आ रहा? पता नहीं हूँ की है पर साढ़े कोई साडा कोई हेल्प नहीं हो रही साड़ी जी हेल्प करनी चाहिए कोर्ट के ऑर्डर से कोर्ट के हुक्मों की भी उलंघना हो रही। बहुत बहुत धन्यवाद। सो ये सन जे इस दफ्तर के काम करवाने लिए आए हुए सन इन्होंने दसिया कि पिछले काफ़ी लंबे समय तो इन दफ्तर के धक्के खा रहे हैं पर बावजूद इसके कोर्ट के वलों ऑर्डर कर दिए गए हैं तो जोड़े प्रशासनिक अधिकारी ने उन्होंने वालों कोताही वरती जा रही है जिसकी वजह के नाल इन्हों खजल खुआरा होना पै रहा है। सो होर लोगों के नाल भी गलबात करते हैं जानते हैं कि लोगों दीआं दिक्कतां की ने। इतने तो कुछ तस्वीर भी दिखा देंगे ने इस सरकारी कंपलैक्स के देख सकते हो कि किमें कुर्सियां सजिया हुई ने टेबल भी सजे हुए हैं पर कमरे तो बाहर ताला लग्या हुआ ताला इस दरवाजे ही नहीं लग्या हुआ इतने तमाम जिन्हें सरकारी अधिकारियों के कमरे ने जिन्हें रिकॉर्ड रूम ने सारियां ताले जिहड़े है वो लगाए हुए ने इस तरफ भी जिहड़ियां तस्वीर तुसीं देख सकते हो कि किवें ताले इन्हां जिहड़े है कंपलैक्स रूम के जिहड़े रिकॉर्ड रूम ने उन्हां दी तालियां दे वल्लों जिहड़ी सुरक्षा की जा रही है अधिकारी कोई मौजूद नहीं किसी पद्धर के उत्ते भी किस तरह का जिहड़ा लोगों के नाल रवैया है वह बेहतर नहीं किया जा रहा हालांकि सरकारी दावे तो यह कहते हैं कि ना कि जिहड़े कामकाज ने वह बेहतरीन बनाए हुए ने इस दे नाल ही इस तरफ भी तुसीं देख सकते हो इस पासे भी ताला ही राखी कर रहा है सारे तकरीबन जिन्ना असीं घूम फिर के देख रहे हैं सारे पासे ताले लगे हुए ने तालियां दे नाल काम चलाए जा रहे हैं सरकार दे वल्लों पर इन्हां ताला मारू सरकार दे वल्लों लोगों के लिए किन्ने क काम किए जा रहे हैं ये तो शायद लोग ही दस सकणगे। मोहाली दे जिला प्रबंधकी कंपलैक्स दे विच असी इकले इकले दफ्तर का दौरा किया आलीशान बनी इस सरकारी इमारत के वख-वख विभागों के विच जिले के बहुत सारे लोग अपने सरकारी काम करवाने के लिए पहुँचे हुए सन वख-वख थावां तो आए ये लोग अपनी रोजाना जिंदगी चों कई कामकाज छड़ सरकारी काम करवाने के लिए इत्थे पहुँचे हुए ने कुर्सियां ते बैठे ये लोग भी काम करवाने के लिए आए हुए ने अते अपनी वारी दे लंबे समय तो बेसब्री नाल उड़ीक कर रहे ने कि कदों उन्हां दी वारी आवे ते ओह काम करवा अपने घर नूं वापस परतन पर ढिल्ली रफ्तार नाल चल रहे काम लोकां लई परेशानी दा सबब बने हुए ने जदकि वेख्या जावे तां सरकार पासिओं इन्हां मुलाजमां नूं हर सहूलत प्रदान की जाती है इन्हां दीआं तनखाहां लई भी सरकारी खजाने दा मूँह धड़ल्ले नाल खुल्ला रहिंदा पर फिर भी आम जनता इन्हां दे दर अगे बेबस नज़र आउंदी है जो हाल जो तस्वीरां बयान कर रही ने उस तो अलावा वख-वख नज़ारे भी तुहानू इस तस्वीरां दे राहीं दिखाउण दी कोशिश कर रहे हैं पर जिस तरह का हाल तुसी देख रहे हो उस तो साफ साबित हो रहा है कि जिस तरह का अवेसलापन सरकारी बाबुआ का देखने आ रहा है खज्जल खुआरी तो लोगों की पक्की है। इन्हां दफ्तरां दे विच हर एक तरह की सुविधा दित्ती गई है पर मोटियां तनखाहां लैण वाले ये सरकारी बाबू दफ्तरां तो बाहर ने ते लोग खज्जल खुआर होण दे लई मजबूर ने असीं वारी वारी सारे दफ्तरां दा दौरा कीता तां देखिया कि अफसरां लई वड्डे वड्डे आलीशान दफ्तर बने हुए ने वधिया टेबल कुर्सियां लगे हुए ने गर्मियां तो बचाउण दे लई पखे ते एसी भी टंगे हुए ने हर एक सुविधा दफ्तरां दे विच दित्ती गई है भावें बाहर दित्ती होवे जां ना पर इन्हां दफ्तरां दीआं ज़्यादातर कुर्सियां खाली नज़र आ रही ने आलीशान दफ्तरां दीआं कुर्सियां ते बैठण वाले मुलाजम सानू किते दिखाई नहीं दिते ज़्यादातर दफ्तर मुलाजमां तों बिना ही दिखाई दिते जिथे किते मुलाजम बैठे भी सन उह भी मोबाइल फोनस दा लुत्फ उठाउंदे नज़र आए ते जदों कैमरा दफ्तर दे विच दाखल हुंदा तां इन्हां नूं अचानक कम याद आ जांदे ने ते सरकारी फाइलां दे विच सरखपाई शुरू कर दिंदे ने पर जिस तरह नाल अवेसलापन सरकारी बाबुआ का देखने दे विच आ रहा है तुसी लोकां दी खज्जल खुआरी का आप अंदाजा लगा सकते हो। मैं
चलो ये तो जिला प्रबंधकी कंपलैक्स की गल हुई और ओवरऑल जेकर पंजाब दे विच सहूलतां दी गल करिए सरकारी सहूलतां की मिलदियां ने दफ्तरां दे विच जां फिर खज्जल खुआरी होनी पैंदी है ਤੁਸੀਂ ਕੰਮ ਕਰਵਾਉਣ ਆਏ ਹੋ ਕਦੀ ਕਿੱਦਾਂ ਕੰਮ ਹੁੰਦੇ ਨੇ ਮੈਂ ਤਾਂ ਇੰਨਾ ਇਹਦੇ ਬਾਰੇ ਮੇਰੇ ਦਾ ਇਹੀ ਕੰਮ ਪਿਆ ਜੀ ਮੈਨੂੰ ਇੰਨਾ ਮੈਂ ਬਹੁਤਾ ਜਾਣਦਾ ਨਹੀਂ ਇੰਨਾ ਮੈਨੂੰ ਨੰਬਰ ਰੱਖਿਆ ਜੀ ਬਹੁਤ ਧੰਨਵਾਦ ਸੋ ਦਾ ਕਹਿਣਾ ਹੈ ਕਿ ਪਿਛਲੇ 2 ਘੰਟੇ ਤੋਂ ਲਗਾਤਾਰ ਇੱਥੇ ਬੈਠੇ ਨੇ ਕੰਮ ਨਹੀਂ ਹੋ ਰਹੇ ਬੀਡੀਪੀਓ ਸਾਹਿਬ ਦੇ ਜਿਹੜੀ ਹੈ ਉਹ ਵੇਟ ਕਰ ਰਹੇ ਨੇ ਉਹ ਵੀ 2 ਘੰਟੇ ਤੋਂ ਇੱਥੇ ਗੈਰ ਹਾਜ਼ਰ ਨੇ ਕੋਈ ਪਤਾ ਨਹੀਂ ਲਾਪਤਾ ਨਜ਼ਰ ਆ ਰਹੇ ਨੇ ਪਰ ਸਵਾਲ ਇਹ ਹੈ ਅੱਛਾ ਕਹਿ ਰਹੇ ਨੇ ਕਿ ਮੀਟਿੰਗ ਦੇ ਵਿੱਚ ਗਏ ਆ ਪਰ ਮੀਟਿੰਗਾਂ ਦੇ ਕਾਰਨ ਲੋਕਾਂ 'ਤੇ ਖੱਜਲਖੁਆਰੀ ਕਿਤੇ ਨਾ ਕਿਤੇ ਸਹੀ ਨਹੀਂ ਕਹੀ ਜਾ ਸਕਦੀ ਸੋ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਅਤੇ ਕੁਝ ਹੋਰ ਲੋਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਮੌਜੂਦ ਨੇ ਜਿੱਥੇ ਕਈਆਂ ਦਾ ਕਹਿਣਾ ਕਿ ਕੰਮ ਕਰਵਾਉਣ ਦੇ ਲਈ ਖੱਜਲ ਖੁਆਰੀਆਂ ਸਾਹਮਣੇ ਆ ਰਹੀਆਂ ਨੇ ਕਾਫੀ ਦਿਨਾਂ ਤੋਂ ਧੱਕੇ ਖਾ ਰਹੇ ਨੇ ਜਾਣਦੇ ਹਾਂ ਕਿ ਇਹਨਾਂ ਦੇ ਕੰਮ ਹੋ ਰਹੇ ਨੇ ਕਿ ਜਾਂ ਫਿਰ ਇਹ ਵੀ ਧੱਕੇ ਖਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਅੱਛਾ ਅਵਤਾਰ ਜੀ ਅੱਜ ਇੱਥੇ ਮੋਹਾਲੀ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਆਏ ਹੋ ਕਿਹੜਾ ਕੰਮ ਕਰਵਾਉਣਾ ਸੀ ਟਰਾਂਸਫਰ ਡਿਊਟੀ ਕਰਾਉਣੀ ਸੀ 5 ਮਿੰਟ ਲੱਗੇ ਆ ਸਾਰੇ ਹੀ ਸਿਰਫ 5 ਮਿੰਟਾਂ ਦੇ ਵਿੱਚ ਟੋਟਲ 5 ਮਿੰਟ ਲੱਗੇ ਕੀ ਕਹਿੰਦੇ ਕਿਸ ਤਰ੍ਹਾਂ ਹੋਇਆ ਕੰਮ ਉਹਨੇ ਕੰਮ ਸਹੀ ਜੇ ਕਾਗਜ਼ ਪੱਤਰ ਸਹੀ ਚਾਹੀਦੇ ਤਾਂ ਕੰਮ ਸਹੀ ਹੋ ਜਾਂਦਾ ਜੇ ਕਾਗਜ਼ ਪੱਤਰ ਸਹੀ ਨੇ ਤਾਂ ਕੰਮ ਹੋ ਜਾਂਦਾ ਕਸੂਰ ਉਹਨਾਂ ਦਾ ਅਫਸਰਾਂ ਦਾ ਥੋੜ੍ਹੀ ਫਿਰ ਆਪਣਾ ਉਹ ਤਾਂ ਬਿਲਕੁਲ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਆਏ ਹੈ ਕੰਮ ਕਰਾਉਣ ਇੱਥੇ ਉਦੋਂ ਵੀ ਇਸ ਤਰ੍ਹਾਂ ਹੀ ਮਾਹੌਲ ਹੁੰਦਾ ਇਹ ਹੀ ਮਾਹੌਲ ਹੈ ਸਾਡੇ ਨਾਲ ਮਤਲਬ ਕਿਤੇ ਨਾ ਕਿਤੇ ਵਧੀਆ ਕੰਮ ਜਿਹੜੇ ਹੁੰਦੇ ਨੇ ਸਰਕਾਰੀ ਦਫ਼ਤਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਹੈ ਜੀ ਜਸਵੰਤ ਸਿੰਘ ਅੱਛਾ ਜਸਵੰਤ ਸਿੰਘ ਜੀ ਤੁਸੀਂ ਵੀ ਇੱਥੇ ਆਏ ਹੋਏ ਗਏ ਕਿਹੜਾ ਕੰਮ ਕਰਵਾਉਣਾ ਸੀਗਾ ਮੈਂ ਤਾਂ ਪੋਤਿਆਂ ਦੇ ਨਾਂ ਜ਼ਮੀਨ ਕਰਵਾਈ ਸੀ ਲੰਬੜਲਾ ਦੇ ਨਾਲ ਠੀਕ ਠੀਕ ਹੋ ਗਿਆ ਛੇਤੀ ਦੇ ਨਾਲ ਹੋ ਗਿਆ ਹਾਂਜੀ ਦਿੱਕਤ ਤਾਂ ਨਹੀਂ ਆਈ ਕੋਈ ਦਿੱਕਤ ਨਹੀਂ ਸਾਰੇ ਕੰਮ ਸਹੀ ਮਾਇਨੇ ਦੇ ਨਾਲ ਹੋ ਰਹੇ ਆ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਆਈ ਕੰਮ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਜੇ ਡਾਕੂਮੈਂਟ ਪੂਰੇ ਹੋਣਗੇ ਤਾਂ ਕੰਮ ਆਸਾਨੀ ਦੇ ਨਾਲ ਹੋਣਗੇ ਇਹਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਇਹਨਾਂ ਨੇ ਕੋਈ ਕਮੀ ਨਹੀਂ ਗਣਵਾਈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਆਉਂਦੇ ਨੇ ਕੰਮ ਬਿਹਤਰੀਨ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਉਹਨਾਂ ਦਾ ਇਸ ਮਾਮਲੇ ਪ੍ਰਤੀ ਕੀ ਰੁਝਾਨ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋਣ ਦੇ ਲਈ ਕੁਝ ਹੋਰ ਲੋਕ ਵੀ ਮੌਜੂਦ ਨੇ ਲਗਾਤਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਅਸੀਂ ਆਫ ਕੈਮਰਾ ਕੀਤੀ ਹੈ ਅਤੇ ਔਨ ਕੈਮਰਾ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਦਿੱਕਤਾਂ ਕਾਫੀ ਨੇ ਕੋਈ ਪਾਣੀ ਦੇ ਲਈ ਮਜਬੂਰ ਹੈ ਕੋਈ ਕੰਮ ਕਰਵਾਉਣ ਦੇ ਲਈ ਮਜਬੂਰ ਹੈ ਲਗਾਤਾਰ ਮਜਬੂਰੀਆਂ ਸਾਹਮਣੇ ਆ ਰਹੀਆਂ ਨੇ ਇਹਨਾਂ ਦੀ ਕੀ ਮਜਬੂਰੀ ਹੈ ਜਾਣ ਲੈਂਦੇ ਹਾਂ ਕੀ ਨਾਮ ਹੈ ਜੀ ਟੈਕਸ ਭਰਾਉਣ ਵਾਸਤੇ ਆਇਆ ਜੀ ਅੱਛਾ ਟੈਕਸ ਭਰਵਾਉਣ ਵਾਸਤੇ ਆਇਆ ਜੀ ਅਤੇ ਆ ਕੋਈ ਪੱਖਾ ਨਹੀਂ ਚੱਲਦਾ ਇਹਨਾਂ ਦਾ ਠੀਕ ਹੈ ਨਾ ਲੋਕੀ ਕੋਈ ਜਲੰਧਰ ਤੋਂ ਆ ਰਿਹਾ ਟੈਕਸ ਭਰਾਉਣ ਵਾਸਤੇ ਅੱਛਾ ਜਲੰਧਰ ਤੋਂ ਟੈਕਸ ਭਰਵਾਉਣ ਦੇ ਲਈ ਮੋਹਾਲੀ ਤੋਂ ਇੱਥੇ ਇੱਕ ਦਫ਼ਤਰ ਦੇ ਵਿੱਚ ਹੀ ਆ ਰਿਹਾ ਕੋਈ ਜਲੰਧਰ ਤੋਂ ਆਉਂਦਾ ਆ ਤੁਸੀਂ ਕਿੱਥੋਂ ਆਏ ਮੈਂ ਤਾਂ ਇੱਥੇ ਮੋਹਾਲੀ ਤੋਂ ਹਾਂ ਜੀ ਆ ਭਾਜੀ ਆਪਣੇ ਬਾਹਰੋਂ ਆਏ ਹੋਏ ਆ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇੱਥੇ ਟਾਈਮ ਹੋ ਗਿਆ ਆਏ ਹੋਏ ਨੂੰ ਮੈਨੂੰ ਕੰਮ 'ਚ ਕੰਮ ਨਹੀਂ ਤਾਂ 3 ਘੰਟੇ ਹੋ ਗਏ ਨੇ 3 ਘੰਟੇ ਤੋਂ ਸਾਡਾ ਕੰਮ ਨਹੀਂ ਹੋ ਰਿਹਾ ਬਸ ਜੀ ਨਹੀਂ ਕਦੀ ਥੱਲੇ ਜਾਓ ਜੀ ਕਦੀ ਉੱਤੇ ਆਓ ਅੱਛਾ ਇੱਦਾਂ ਹੀ ਖੱਜਲ ਖੁਆਰ ਕਰ ਰਹੇ ਹਾਂ ਜੀ ਨਾ ਖੱਜਲ ਖੁਆਰੀ ਹੋਈ ਹੈ ਕਦੀ ਥੱਲੇ ਜਾਓ ਫਾਰਮ ਭਰਾ ਕੇ ਥੱਲੇ ਬੈਠੇ ਆ ਉਹ ਅੱਡ ਪੈਸੇ ਲੈਂਦੇ ਆ ਜੀ ਠੀਕ ਹੈ ਇਹਨਾਂ ਨੂੰ ਲਾਈਨ ਲੱਗ ਜਾਂਦੇ ਇੱਕ ਲਾਈਨ ਲਾ ਕੇ ਜੋ ਪਹੁੰਚ ਜਾਂਦਾ ਫਿਰ ਕਹਿੰਦੇ ਦੂਸਰੀ ਲਾਈਨ 'ਚ ਜਾਓ ਜੀ ਉੱਪਰਲੇ ਪਾਸੇ ਅੱਛਾ ਵੀ ਜਾਂ ਤਾਂ ਇੱਥੇ ਲਿਖ ਕੇ ਲਾ ਦਿਓ ਕੁਛ ਵੀ ਆਪ ਦੇਖ ਰਹੇ ਹਾਂ ਤਾਂ ਇੱਕ ਵਾਰੀ ਦਿਖਾਉਂਗੇ ਤੁਸੀਂ ਇੱਥੋਂ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਲਿਖਤੀ ਤੌਰ 'ਤੇ ਕੋਈ ਵੀ ਜਾਣਕਾਰੀ ਨਹੀਂ ਦੱਸੀ ਗਈ ਨਾ ਤਾਂ ਸੀਨੀਅਰ ਸਿਟੀਜ਼ਨ ਦੇ ਲਈ ਨਾ ਕਿਸੇ ਪ੍ਰਕਾਰ ਹੋਰ ਹੈ ਨਾ ਕੋਈ ਮੁਲਾਜ਼ਮ ਅੰਦਰ ਬੈਠਾ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਇਹਨਾਂ ਸਰਕਾਰੀ ਦਫ਼ਤਰਾਂ ਦੇ ਕਿਸ ਤਰ੍ਹਾਂ ਲੋਕਾਂ ਨੂੰ ਖੱਜਲ ਖੁਆਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੋਕ ਪਰੇਸ਼ਾਨ ਨੇ ਕਾਫੀ ਦੇਰ ਤੋਂ ਇੱਥੇ ਧੱਕੇ ਖਾਣ ਦੇ ਲਈ ਮਜਬੂਰ ਨੇ ਸੋ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਸਰਕਾਰੀ ਅਧਿਕਾਰੀਆਂ ਦੇ ਦਾਅਵੇ ਤਾਂ ਇਹ ਹੁੰਦੇ ਨੇ ਕਿ ਬਿਨਾਂ ਖੱਜਲ ਖੁਆਰੀ ਤੋਂ ਸਾਰੇ ਲੋਕਾਂ ਦੇ ਕੰਮ ਕਰਵਾਏ ਜਾਣਗੇ ਪਰ ਖੱਜਲ ਖੁਆਰੀ ਦਾ ਇਹ ਮੰਜ਼ਰ ਕਿਵੇਂ ਤੁਸੀਂ ਦੇਖ ਸਕਦੇ ਹੋ ਧੱਕੇ ਖਾਣ ਦੇ ਲਈ ਲੋਕ ਮਜਬੂਰ ਨੇ ਕੀ ਨਾਮ ਅਵਤਾਰ ਸਿੰਘ ਹੈ ਜੀ ਅੱਛਾ ਅਵਤਾਰ ਜੀ ਅੱਜ ਇੱਥੇ ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਕੀ ਕਰਨ ਆਏ ਹੈਗੇ ਟੈਕਸੀ ਦਾ ਕੰਮ ਹੈ ਜੀ ਅਸੀਂ ਗੱਡੀਆਂ ਦੇ ਕੰਮ ਬਾਰੇ ਆਏ ਸੀਗੇ ਉੱਥੇ 522 ਨੰਬਰ ਆ ਟਰਾਂਸਪੋਰਟ PV01 ਦਾ ਕੰਮ ਹੁੰਦਾ ਜੀ ਉੱਥੇ ਇੰਨਾ ਲੋਕਾਂ ਨੂੰ ਪਰੇਸ਼ਾਨ ਕਰਿਆ ਜਾ ਰਿਹਾ ਜੀ ਇੰਨਾ ਟੈਕਸ ਉਹਦੇ ਕੋਡਾਂ ਦੇ ਨਾਮ 'ਤੇ ਲੁੱਟਿਆ ਜਾ ਰਿਹਾ ਇੰਨੀ ਕਰਪਸ਼ਨ ਹੋ ਰਹੀ ਹੈ ਜਿੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਤੁਸੀਂ ਦੇ ਦਿਓ 6 ਮਹੀਨੇ ਬਾਅਦ ਤੁਹਾਡੇ ਪੇਪਰ ਇੱਕ ਵੱਡੀ ਜਿਹੜਾ ਕੰਮ ਕਰਾ ਕੇ ਆ ਰਿਹਾ 6-6 ਮਹੀਨੇ ਉਹਨਾਂ ਨੂੰ ਪੇਪਰ ਹੀ ਨਹੀਂ ਮਿਲਦੇ ਕਾਰਨ ਕੀ ਕਹਿੰਦੇ ਨੇ ਕਿ ਵੀ ਪੇਪਰ ਕਿਉਂ ਨਹੀਂ ਮਿਲਦੇ ਤੁਸੀਂ ਹੈਗੀ ਇਹੋ ਜਿਹਾ ਕਰਿਆ ਹੋਇਆ ਜੀ ਉਹ ਇੱਕ ਕਹਿੰਦੇ ਕੋਡ ਲਿਆ ਉਹਦੀ 4-4 ਵਾਰੀ ਸਾਨੂੰ ਫੋਟੋਆਂ ਕਾਪੀਆਂ ਕਰਾ ਕੇ ਦੇਣੀ ਪੈਂਦੀਆਂ ਇੱਕ ਵਾਰੀ ਟੈਕਸ ਭਰਨਾ ਦੁਬਾਰਾ ਉੱਥੇ ਤੋਂ ਕੋਡ ਲੈਣਾ ਪੈਂਦਾ
ਉਹਦੇ ਤਾਂ ਫਿਰ ਥੱਲੇ ਜਾ ਕੇ ਕਟਾਓ 100 ਰੁਪਇਆ ਉਹ ਲੈਂਦਾ ਟੈਕਸ ਕੱਟਣ ਦਾ, ਜਦ ਕਿ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਆਪਣਾ ਮੁਲਾਜ਼ਮ ਬਿਠਾਲੇ ਉੱਥੇ। ਕਰਪਸ਼ਨ ਵੀ ਹੈਗੀ ਉੱਪਰ? ਜੀ ਹਾਂਜੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਪੂਰੇ ਵੱਡੇ ਪੱਧਰ। ਤੁਸੀਂ ਤੁਹਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਕਿਸੇ ਨੇ? ਮੇਰੇ ਤੋਂ ਨਹੀਂ, ਤਾਂ ਅਸੀਂ ਤਾਂ ਏਜੰਟਾਂ ਤੋਂ ਕੰਮ ਕਰਾਉਂਦੇ ਜੀ, ਆਪਣਾ ਤਾਂ ਹੁੰਦਾ ਹੀ ਨਹੀਂ। ਏਜੰਟਾਂ ਨੂੰ ਤੁਸੀਂ ਪੈਸੇ ਦਿੰਦੇ? ਫਿਰ ਏਜੰਟ ਤਾਂ ਵੱਧ ਪੈਸੇ ਲੈਂਦੇ ਹੋਣ? ਵੱਧ ਲੈਂਦੇ ਹਾਂ ਜੀ ਪੂਰੇ। ਫਿਰ ਉਹ ਪੈਸੇ ਲੈ ਕੇ ਅੱਗੇ ਤਾਂ ਦਿੰਦੇ ਹੀ ਹੋਣਗੇ? ਹਾਂਜੀ ਹਾਂਜੀ, ਅੱਗੇ ਪੂਰੇ ਦਿੰਦੇ ਹਾਂ ਜੀ। ਅੱਛਾ ਫਿਰ ਤੁਸੀਂ, ਤੁਹਾਨੂੰ ਕੀ ਲੋੜ ਪਈ ਏਜੰਟਾਂ ਕੋਲ ਜਾਣੇ? ਸਰਕਾਰ ਕਹਿ ਰਹੀ ਆ ਵੀ ਸਾਰੇ ਕੰਮ ਸੁਵਿਧਾ ਦੇ ਨਾਲ ਆਸਾਨੀ ਦੇ ਨਾਲ ਹੁੰਦੇ ਨੇ। ਹੁੰਦਾ ਹੀ ਕੋਈ ਨਹੀਂ ਜੀ, ਸਭ ਤਾਂ ਜਾ ਕੇ ਦੇਖ ਲਓ ਤੁਸੀਂ, 50 ਬੰਦੇ ਹੁਣ ਵੀ ਖੜੇ ਹੋਣੇ ਉੱਪਰ ਜਾ ਕੇ 522 ਨੰਬਰ 'ਚ ਦੇਖੋ ਜਾ ਕੇ ਹਾਲ, ਲੋਕਾਂ ਦਾ ਕੀ ਹਾਲ ਹੈ। ਠੀਕ ਟੈਕਸ ਹੁਣ ਤੁਹਾਨੂੰ ਕੀ ਕਿਹਾ ਹੁਣ ਫਿਲਹਾਲ ਤੁਹਾਨੂੰ ਕੀ ਕਿਹਾ ਇਹਨਾਂ ਨੇ? ਮੈਨੂੰ ਤਾਂ ਕਿਹਾ ਜੀ, ਮੈਂ ਤਾਂ ਪੇਪਰ ਦੇਵੇ ਦਲਾਲ ਨੂੰ, ਉਹਨਾਂ ਨੇ ਕਰਾ ਕੇ ਦੇ ਦੇਣੇ। ਅੱਛਾ, ਮਤਲਬ ਜੇ ਤਾਂ ਏਜੰਟਾਂ ਨੂੰ ਦੇ ਦਈਏ ਫਿਰ ਕੰਮ ਛੇਤੀ, ਜੇ ਲੋਕ ਸਿੱਧੇ ਜਾਣ ਤਾਂ ਧੱਕੇ ਖਾਣੇ। ਪਰੇਸ਼ਾਨੀ ਹੈ ਜੀ, ਅੱਜ ਨਹੀਂ ਆਇਓ 10 ਦਿਨ ਬਾਅਦ ਆਇਓ, ਅੱਜ ਨਹੀਂ ਆਇਓ 10 ਦਿਨ ਬਾਅਦ ਆਇਓ। ਇਹ ਸਿਸਟਮ ਆਪਣੇ ਅੰਦਾਜ਼ ਤਾਂ ਤੁਹਾਨੂੰ ਹੋਰ ਵੱਧ ਟੈਕਸਾਂ ਜਲਝਾ ਕੇ ਰੱਖ ਦੇਣਾ ਉਹਨਾਂ ਨੇ। ਹਾਂਜੀ, ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਆਮ ਲੋਕਾਂ ਦੀ ਬਜਾਏ ਏਜੰਟਾਂ ਜਿਹੜੇ ਜਾਂ ਫਿਰ ਦਲਾਲ ਹੁੰਦੇ ਨੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ, ਅਤੇ ਕਿਤੇ ਨਾ ਕਿਤੇ ਵੱਡੀ ਪੱਧਰ ਦੇ ਜਿਹੜੇ ਕਰਪਸ਼ਨ ਦੇ ਇਲਜ਼ਾਮ ਵੀ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ, ਖੱਜਲ ਖੁਆਰੀ ਦੇ ਇਲਜ਼ਾਮ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਜਿਹੜੇ ਕੰਮ ਕਰਨ ਵਾਲੇ ਇਹਨਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦੇ ਉੱਤੇ ਵੀ ਲਗਾਏ ਜਾ ਰਹੇ ਨੇ, ਅਤੇ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਚੱਲਦੇ ਹਾਂ ਹੋਰ ਲੋਕਾਂ ਦੇ ਕੋਲ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਅਸੀਂ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਆਪਣੇ ਸਰਕਾਰੀ ਕੰਮ ਕਰਵਾਉਣ ਦੇ ਲਈ ਪੁੱਜੇ ਹੋਏ ਸਨ। ਪਰ ਤਮਾਮ ਲੋਕਾਂ ਦਾ ਕਹਿਣਾ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਲਗਾਤਾਰ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਾਂ ਨੂੰ ਆਪਣੇ ਕੰਮਾਂ ਦੇ ਲਈ ਕਈ ਕਈ ਦਿਨ ਜਿਹੜੇ ਧੱਕੇ ਖਾਣੇ ਪੈਂਦੇ ਨੇ, ਉਸ ਤੋਂ ਬਾਅਦ ਵੀ ਆਖਰ ਨਿਰਾਸ਼ ਹੋ ਕੇ ਉਹਨਾਂ ਨੂੰ ਘਰ ਵਾਪਸ ਪਰਤਣਾ ਪੈਂਦਾ ਹੈ। ਪਰ ਇੱਥੇ ਸਵਾਲ ਇਹ ਖੜ੍ਹਾ ਹੋ ਜਾਂਦਾ ਕਿ ਆਖਰ ਜੋ ਸਰਕਾਰ, ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਬਿਹਤਰੀਨ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ, ਖੱਜਲ ਖੁਆਰੀ ਲੋਕਾਂ ਦੀ ਬਿਲਕੁਲ ਵੀ ਨਹੀਂ ਹੁੰਦੀ, ਆਖਰ ਇਹਨਾਂ ਦਫ਼ਤਰਾਂ ਦੇ ਵਿੱਚ ਫਿਰ ਵੀ ਖੱਜਲ ਖੁਆਰ ਹੋਣ ਨੂੰ ਲੋਕ ਕਿਉਂ ਮਜਬੂਰ ਹੋ ਰਹੇ ਨੇ? ਅਤੇ ਦੂਜਾ ਸਵਾਲ ਇਹ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਸਾਨੂੰ ਦੇਖਣ ਦੇ ਵਿੱਚ ਨਹੀਂ ਆਈ, ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸਨ, ਉਸ ਤੋਂ ਵੱਧ ਜਿਹੜੇ ਕੁਰਸੀਆਂ ਵੀ ਲੋਕ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਸਨ, ਕੁਰਸੀਆਂ ਦੇ ਉੱਤੇ ਮੁਲਾਜ਼ਮ ਕਿਤੇ ਵੀ ਸਾਨੂੰ ਬੈਠਾ ਹੋਇਆ ਨਜ਼ਰ ਨਹੀਂ ਆਇਆ, ਅਤੇ ਜਿੱਥੇ ਕਿਤੇ ਬੈਠਾ ਨਜ਼ਰ ਆਇਆ ਉਹ ਵੀ ਮੋਬਾਈਲ ਫੋਨਾਂ ਦੇ ਉੱਤੇ, ਸੋਸ਼ਲ ਨੈਟਵਰਕਿੰਗ ਸਾਈਟਾਂ ਦੇ ਉੱਤੇ ਬਿਜ਼ੀ ਨਜ਼ਰ ਆਏ। ਤਮਾਮ ਲੋਕਾਂ ਦੇ ਵੱਲੋਂ ਆਪਣੀਆਂ ਪਰੇਸ਼ਾਨੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਕੁਝ ਦਾ ਕਹਿਣਾ ਹੈ ਕਿ ਖੱਜਲ ਖੁਆਰੀ ਹੁੰਦੀ ਹੈ, ਅਤੇ ਕੁਝ ਨੇ ਕਿਹਾ ਕਿ ਕੰਮ ਹੋ ਜਾਂਦੇ ਨੇ, ਕਿਤੇ ਨਾ ਕਿਤੇ ਲੋਕਾਂ ਦੀ ਆਪਣੀ ਹੀ ਗਲਤੀਆਂ ਦੇ ਕਰਕੇ ਕੰਮ ਅਟ ਕੇ ਰਹਿੰਦੇ ਨੇ। ਸੋ ਤਮਾਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਤੁਹਾਡੀ ਜਿਹੜੀ ਕਚਹਿਰੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਹਾਜ਼ਰ ਕੀਤਾ ਹੈ, ਲਗਾਤਾਰ ਲੋਕਾਂ ਦੇ ਰਿਵਿਊ ਤੁਹਾਡੇ ਤੱਕ ਪਹੁੰਚਾਏ ਨੇ। ਤੋ ਅੱਜ ਦੇ ਪੰਜਾਬ ਬੁਲਟਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।